ਪੀਜੀਆਈ ਮਰੀਜ਼ਾਂ ਦੀ ਵੱਧਦੀ ਗਿਣਤੀ ਨੂੰ ਘੱਟ ਕਰਨ ਲਈ ਟਰੋਮਾ ਸੈਂਟਰ ਅਤੇ ਨਿਊ ਓਪੀਡੀ ਨੂੰ ਸਾਰੰਗਪੁਰ ਵਿੱਚ ਸ਼ਿਫਟ ਕਰਨ ਵਾਲਾ ਹੈ। ਪੀਜੀਆਈ ਨੂੰ ਸਾਰੰਗਪੁਰ ਵਿੱਚ ਮਿਲੀ 50 ਏਕੜ ਜ਼ਮੀਨ ਤੇ ਕਿਹੜੀਆਂ ਸਹੂਲਤਾਂ ਸ਼ੁਰੂ ਕਰਨੀਆਂ ਚਾਹੀਦੀਆਂ ਨੇ, ਇਸ ਮੁੱਦੇ ਨੂੰ ਲੈ ਕੇ ਪੀਜੀਆਈ ਡਾਇਰੈਕਟਰ ਪ੍ਰੋਫੈਸਰ ਜਗਤ ਰਾਮ ਨੇ ਹਸਪਤਾਲ ਦੇ ਫੈਕਲਟੀ ਮੈਂਬਰਾਂ ਨਾਲ ਬੈਠਕ ਕੀਤੀ। ਪ੍ਰੋਫੈਸਰ ਜਗਤ ਰਾਮ ਦੀ ਪ੍ਰਧਾਨਗੀ ਵਿੱਚ ਹੋਈ ਇਸ ਬੈਠਕ ਵਿੱਚ 45 ਤੋਂ ਜ਼ਿਆਦਾ HOD ਮੌਜੂਦ ਰਹੇ, ਜਿਨ੍ਹਾਂ ਨੇ ਆਪਣੇ ਆਪਣੇ ਪ੍ਰਪੋਜ਼ਲ ਸੰਬੰਧੀ ਡਾਇਰੈਕਟਰ ਨੂੰ ਸਲਾਹ ਦਿੱਤੀ। ਡਾਇਰੈਕਟਰ ਜਗਤ ਰਾਮ ਦੀ ਮੰਨੀਏ ਤਾਂ ਉਹਨਾਂ ਦਾ ਉਦੇਸ਼ PGI ਵਿੱਚ ਵੱਧਦੇ ਮਰੀਜ਼ਾਂ ਦੇ ਲੋਡ ਨੂੰ ਘੱਟ ਕਰਨਾ ਹੈ, ਇਸ ਲਈ ਹੀ ਉਹਨਾਂ ਨੇ ਸਾਰੇ ਫੈਕਲਟੀ ਦੀ ਸਲਾਹ ਮੰਗੀ ਸੀ। ਉਹਨਾਂ ਕਿਹਾ ਕਿ ਇਸ ਸਿਹਤ ਕੇਂਦਰ ਦੇ ਨਿਰਮਾਣ ਨੂੰ 2 ਤੋਂ 3 ਵਰੇ ਲੱਗ ਸਕਦੇ ਨੇ। ਸੂਤਰਾਂ ਅਨੁਸਾਰ ਸਾਰੇ HOD, ਨਿਊ OPD ਅਤੇ ਟਰੋਮਾ ਨੂੰ ਸਾਰੰਗਪੁਰ ਵਿੱਚ ਸ਼ਿਫਟ ਕਰਨ ਦੇ ਪੱਖ ਵਿੱਚ ਹੀ ਸਨ। ਉਹਨਾਂ ਅਨੁਸਾਰ PGI ਵਿੱਚ ਰੋਜ਼ਾਨਾ 10,000 ਦੇ ਲਗਭਗ ਮਰੀਜ਼ ਨਿਊ OPD ਵਿੱਚ ਚੈੱਕਅਪ ਲਈ ਆ ਰਹੇ ਨੇ, ਜਿਨ੍ਹਾਂ ਨੂੰ ਹੈਂਡਲ ਕਰਨ ਦੀ ਜ਼ਰੂਰਤ ਹੈ। We had meeting yesterday. ਉਸ ਪਰ ਹਮਨੇ ਡਿਸਾਈਡ ਕੀਆ ਦੈਟ ਕਿ ਹਮੇ ਆਊਟ ਪੇਸ਼ੈਂਟ ਡਿਪਾਰਟਮੈਂਟ, ਟਰੋਮਾ ਸੈਂਟਰ ਔਰ ਐਜੂਕੇਸ਼ਨਲ ਫੈਸਿਲਿਟੀ ਸਚ ਏਜ ਸਕਿੱਲ ਸੈਂਟਰਸ ਔਰ ਓਂਕੋਲੋਜੀ, ਉਸਕੋ ਹਮੇ ਸਾਰੰਗਪੁਰ ਮੇ ਬਣਾਉਣਾ ਚਾਹੀਏ। ਉਸਸੇ ਕਿਆ ਹੋਗਾ ਕਿ ਹਮਾਰਾ ਜੋ ਆਊਟ ਪੇਸ਼ੈਂਟ ਕਾ ਰਸ਼, ਉਸਕੋ ਹਮ ਸੋਲਵ ਕਰ ਪਾਏਂਗੇ ਔਰ ਜੋ ਐਮਰਜੈਂਸੀ ਮੇ ਇਤਨਾ ਰਸ਼ ਹੋਤਾ ਹੈ ਉਸਕੋ ਵੀ ਸੋਲਵ ਕਰ।